ਸੰਤ ਦਰਬਾਰਾ ਸਿੰਘ ਕਾਲਜ ਲੂਪੋ ਦੀ ਮੈਨੇਜਮੈਂਟ ਨੇ ਵਿਦਿਆਰਥੀ ਸੰਘਰਸ਼ ਅੱਗੇ ਟੇਕੇ ਗੋਡੇ। ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਹੇਠ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੁਮੈਨ ਲੋਪੋ ਖਿਲਾਫ਼ ਪਿਛਲੇ 5 ਦਿਨਾਂ ਤੋਂ ਲਗਾਏ ਦਿਨ ਰਾਤ ਦੇ ਧਰਨੇ ਤੋਂ ਬਾਅਦ ਅਖੀਰ ਲੋਪੋ ਕਾਲਜ ਦੀ ਮੈਨੇਜਮੈਂਟ ਨੇ ਵਿਦਿਆਰਥੀ ਸੰਘਰਸ਼ ਅੱਗੇ ਗੋਡੇ ਟੇਕਦਿਆਂ ਵਿਦਿਆਰਥੀਆਂ ਦੀ ਲਗਾਈ ਸਟੇਜ ਤੋਂ ਹੀ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ SDM ਨਿਹਾਲ ਸਿੰਘ ਵਾਲਾ, ਅਮਰਵੀਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਭਲਾਈ ਅਫਸਰ ਮੋਗਾ ਹਰਪਾਲ ਸਿੰਘ ਨੇ ਵਿਦਿਆਰਥੀਆਂ ਦੇ ਧਰਨੇ ਵਿੱਚ ਪਹੁੰਚ ਕੇ ਸਟੇਜ ਤੋਂ ਐਲਾਨ ਕੀਤਾ ਕਿ ਲੋਪੋ ਕਾਲਜ ਦੀ ਮੈਨੇਜਮੈਂਟ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਸਰਕਾਰੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਜਿਸ ਲਈ ਕਾਲਜ ਦੀ ਪ੍ਰਿੰਸੀਪਲ ਅਤੇ ਕਾਲਜ ਪ੍ਰਬੰਧਕ ਜ਼ਿੰਮੇਵਾਰ ਹਨ। ਸੰਸਥਾ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਦਾਖਲੇ ਸਮੇਂ ਫੀਸਾਂ ਨਾ ਚਾਰਜ ਕਰਨ ਬਾਰੇ ਪ੍ਰੋਸਪੈਕਟ ਵਿੱਚ ਵੀ ਦਰਜ ਕੀਤਾ ਗਿਆ, ਜਦਕਿ ਇਸ ਦੇ ਉਲਟ ਚੱਲਦੇ ਕੋਰਸ ਦੌਰਾਨ ਐਸੇ ਵਿਦਿਆਰਥੀਆਂ ਤੋਂ ਫੀਸਾਂ ਮੰਗ ਕੇ ਕਾਲਜ ਨੇ ਸ਼ਰੇਆਮ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਲਈ ਕਾਲਜ ਪ੍ਰਬੰਧਕ ਸਿੱਧੇ ਤੌਰ 'ਤੇ ਦੋਸ਼ੀ ਹੈ। SDM ਨਿਹਾਲ ਸਿੰਘ ਵਾਲਾ, ਅਮਰਵੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਨਿਯਮਾਂ ਦੀ ਉਲੰਘਣਾ ਕਰਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਦੂਸਰੇ ਪਾਸੇ ਪੰਜਾਬ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਪੰਜਾਬ ਸਟੂਡੈਂਟ ਯੂਨੀਅਨ ਦੀ ਇਸ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਭਾਰਤੀ ਜਥੇਬੰਦੀਆਂ ਦੇ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਉਹਨਾਂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਲੋਪੋ ਕਾਲਜ ਦੀ ਮੈਨੇਜਮੈਂਟ ਖਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਸੰਤ ਦਰਬਾਰ ਸਿੰਘ ਕਾਲਜ ਫਾਰ ਵੁਮੈਨ ਲੋਪੋ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ SC/ST ਵਿਦਿਆਰਥੀਆਂ ਤੋਂ ਸਰਕਾਰੀ ਨਿਯਮਾਂ ਦੇ ਉਲਟ 0 ਰੁਪਏ ਫੀਸ ਦੇ ਦਾਖਲੇ ਤੋਂ ਭੱਜਦਿਆਂ SC ਵਿਦਿਆਰਥੀਆਂ ਤੋਂ 22,500 ਰੁਪਏ ਸਮੈਸਟਰ ਅਤੇ 2,500 ਰੁਪਏ ਪ੍ਰੀਖਿਆ ਫੀਸ ਮੰਗੀ ਜਾ ਰਹੀ ਸੀ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ 5 ਦਿਨ ਤੋਂ SDM ਦਫ਼ਤਰ ਅੱਗੇ ਦਿਨ ਰਾਤ ਧਰਨਾ ਦਿੱਤਾ ਜਾ ਰਿਹਾ ਸੀ। ਵੱਖ ਵੱਖ ਜਥੇਬੰਦੀਆਂ ਨੇ ਵਿਦਿਆਰਥੀਆਂ ਦੀ ਹਿਮਾਇਤ 'ਤੇ ਆ ਕੇ 20 ਅਗਸਤ ਨੂੰ ਨਿਹਾਲ ਸਿੰਘ ਵਾਲਾ ਵਿਖੇ ਜਾਮ ਲਗਾਉਣ ਦਾ ਐਲਾਨ ਕਰ ਦਿੱਤਾ ਸੀ। ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਭਗਵੰਤ ਮਾਨ, ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਨੁਕ ਨੇ ਵੀ ਵਿਦਿਆਰਥੀ ਸੰਘਰਸ਼ ਦੀ ਹਿਮਾਇਤ ਕੀਤੀ ਸੀ। ਪੰਜਾਬ ਗਰੁੱਪ ਲਈ ਮੋਗਾ ਤੋਂ ਅਮਰਜੀਤ ਬਰਵੀ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਇਹਦੇ ਵਿੱਚ ਸਪਸ਼ਟ ਹਦਾਇਤ ਹੈ ਕਿ ਆਹ ਹਦਾਇਤਾਂ ਕੰਸਰਨ ਇੰਸਟੀਟਿਊਸ਼ਨ
ਕੋਈ ਫੀਸ ਨਹੀਂ ਹੋਈ ਕੋਈ ਵੀ ਇਹਦੇ ਨਾ ਕੋ ਅਸੀਂ ਮੈਂ ਬਣਾਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਪੋਲਸੀ ਜੋ ਪੋਲਸੀ ਜਿਹੜੀਆਂ ਮੇਲ ਨਹੀਂ ਸੀ ਖਾ ਰਹੀਆਂ ਉਹਦੀ ਗੱਲ ਸਪਸ਼ਟ ਕੀਤੀ ਉਹਨਾਂ ਨੂੰ ਲੋਕ ਦਿੱਤੀ ਆ ਲੋਕ ਜਿਹਦੇ ਵਿੱਚ ਇਹ ਲਿਖਿਆ ਕਿ ਮਿੱਟੀ ਰਾਤ ਦੀ ਮਿੱਟੀ ਉਸ ਮਿੱਟੀ ਤੱਕ ਵਾਧਾ ਸਮਝਿਆ ਜਾਏਗਾ ਕਿ ਜੇ ਤੱਕ ਅਸੀਂ ਉਹ ਨਹੀਂ ਕਰਨਾ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਆ ਕੇ ਉਹਨਾਂ ਦੇ ਕਾਲਜ ਦੀ ਪ੍ਰਿੰਸੀਪਲ ਨੇ ਕਹਿ ਦਿੱਤਾ ਕਿ ਮੈਂ ਅੱਜ ਤੱਕ ਕੋਈ ਟੀਚਰ ਹੈ ਨਹੀਂ ਨਾਲ ਤੁਸੀਂ ਜਿਹੜਾ ਉਹਨਾਂ ਨੂੰ ਪ੍ਰੋਗਰਾਮ ਨਹੀਂ ਕੀਤਾ ਦਸ ਦਸ ਕਰਕੇ ਉੱਥੇ ਜਾ ਕੇ ਆਪਣਾ ਇਹਨਾਂ ਦੇ ਅੱਗੇ ਵਿੱਚ ਲੱਗੇ ਹੋਏ ਤੁਸੀਂ ਉਹਨਾਂ ਦੀ ਕਾਪੀ ਬਣ ਮੈਡਮ ਦੇ ਅੱਗੇ ਟੇਕੀ ਲੱਗੀ ਹੋਈ ਹੈ ਤੁਸੀਂ ਕੁਛ ਨਹੀਂ ਸੁਣਨਾ ਇਸ ਤੋਂ ਬਾਅਦ ਜਾ ਹੀ ਨਹੀਂ ਸਕਦੇ ਕੋਈ ਵੀ ਇੰਸਟੀਟਿਊਸ਼ਨ ਉਹ ਜਿਹੜਾ ਵੀ ਐਸੀ ਵਿਦਿਆਰਥੀ ਬੀ ਐਮ ਐਸ ਲਈ ਐਲੀਜੀਬਲ ਹੈ ਉਹਨੂੰ ਇਸ ਗੱਲ 'ਤੇ ਐਡਮਿਸ਼ਨ ਦੇਣ ਤੋਂ ਨਾ ਨਾ ਕਰੇ ਕਿ ਜੇ ਉਸਦੇ ਕੋਲ ਜੋ ਸਰਪੰਚ ਸੀ ਮੈਂ ਹੋ ਸਕਦੇ ਹਾਂ ਸਕਾਲਰਸ਼ਿਪ The date for depositing the fee for such student, SC student may be extended till scholarship amount is transferred. The matter of the fee is not the same. The scholarship is not the same. The institution was the leading adopter for center. Session jira hai nai, dohne khara honi the prospect si. Us de vich bhi hai nai, wo kudhiya chahi ki ta ki asi kiri gira ho, is lai ke hi, bache ho ta ta ke. So, ek jiri hai si, ਇਹਨਾਂ ਦੇ ਆਉਣ ਤਾਈਆਂ ਸੀਗੀਆਂ ਅਸੀਂ ਇਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਆਪ ਵੇਟ ਕੀਤਾ ਹੈ ਇਸ ਕਰਕੇ ਤੁਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਵੀ ਦਵਾਈ ਲੱਗਣ ਨਹੀਂ ਛੱਡ ਸਕਦੇ ਇਸ ਕਰਕੇ ਇਹਨਾਂ ਨੂੰ ਕੱਲ੍ਹ ਇਹ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਬਕਾਇਦਾ ਅੰਡਰਟੇਕਿੰਗ ਦਿੱਤੀ ਹੈ ਗੌਰਮੈਂਟ ਨੂੰ ਔਰ ਉਸ ਦੀ ਜਿਹੜੀ ਹੈ ਇਹ ਉਹਨਾਂ ਨੂੰ ਜਿਹੜੀ ਹੈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹਦੇ 'ਤੇ ਜਿਹੜੀ ਹੈ ਤੁਸੀਂ ਜਿਹੜੀ ਦਾਖਲ ਪੂਰੀ ਕਰਾਂਗੇ ਪਰ ਤੁਹਾਨੂੰ ਸਾਨੂੰ ਜਿਹੜਾ ਕੋਪਰੇਟ ਇਹਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਜੇਕਰ ਤੁਸੀਂ ਐਕਸਟਰਾ ਟਾਈਮ ਸਾਨੂੰ ਨਹੀਂ ਕੋਪਰੇਟ ਕਰੋਗੇ ਤਾਂ ਫਿਰ ਕੋਈ ਪ੍ਰੋਬਲਮ ਆ ਸਕਦੀ ਹੈ ਬਟ ਤੁਸੀਂ ਐਕਸਟਰਾ ਟਾਈਮ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਮਿਹਨਤੀ ਬੱਚੇ ਹੋ ਤੁਸੀਂ ਐਕਸਟਰਾ ਟਾਈਮ ਲਾਉਣ ਦੇ ਲਈ ਜਿਹੜਾ ਉਹ ਤਿਆਰ ਹੋਵੋਗੇ ਇਸ ਕਰਕੇ ਤੁਹਾਡੀਆਂ ਜਿਹੜੀਆਂ ਹਾਜ਼ਰੀਆਂ ਨੇ ਅਟੈਂਡੈਂਸ ਉਹ ਵੀ ਪੂਰੀ ਹੋਈ ਹੈ ਕਿ ਹੋਈ ਜਾਏਗੀ ਅੱਜ ਸੰਤ ਦਰਬਾਰਾ ਸਿੰਘ ਕਾਲਜ ਐਜੂਕੇਸ਼ਨ ਫਾਰ ਵੋਮੈਨ ਲੋਕੋ ਦੀਆਂ ਦਲਿਤ ਵਿਦਿਆਰਥਣਾਂ ਵੱਲੋਂ ਜਿਹੜਾ ਦਿਨ ਰਾਤ ਦਾ ਪੱਕਾ ਮੋਰਚਾ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਬਾਹਰ ਲਾਇਆ ਗਿਆ ਸੀਗਾ ਅੱਜ ਪੰਜਵੇਂ ਦਿਨ ਸਾਡੇ ਸੰਘਰਸ਼ ਦੀ ਜਿੱਤ ਹੋਈ ਆ ਐਸ ਡੀ ਐਮ ਨਿਹਾਲ ਸਿੰਘ ਵਾਲਾ ਭਲਾਈ ਅਫਸਰ ਜ਼ਿਲ੍ਹਾ ਮੋਗਾ ਅਤੇ ਲੋਕੋ ਕਾਲਜ ਦੀ ਪ੍ਰਿੰਸੀਪਲ ਸੰਤੋਸ਼ ਭੰਡਾਰੀ ਨੇ ਅੱਜ ਆ ਕੇ ਧਰਨੇ 'ਚ ਐਲਾਨ ਕੀਤਾ ਕਿ 0 ਰੁਪਿਆ ਫੀਸ 'ਤੇ ਸਾਰੀਆਂ ਦਲਿਤ ਵਿਦਿਆਰਥਣਾਂ ਦਾ ਦਾਖਲਾ ਕੱਲ੍ਹ ਕੀਤਾ ਜਾਊਗਾ ਕੱਲ੍ਹ ਦਾਖਲਾ ਹੋਣ ਤੱਕ ਸਾਡਾ ਇਹ ਦਿਨ ਰਾਤ ਦਾ ਮੋਰਚਾ ਇਸ ਤਰ੍ਹਾਂ ਜਾਰੀ ਰਹੇਗਾ ਅੱਜ ਵੀ ਰਾਤ ਨੂੰ ਅਸੀਂ ਧਰਨੇ 'ਤੇ ਬੈਠਾਂਗੇ ਕੱਲ੍ਹ ਜਦੋਂ ਸਾਰੀਆਂ ਵਿਦਿਆਰਥਣਾਂ ਦਾਖਲਾ ਕਰਵਾ ਕੇ ਵਾਪਸ ਇਸ ਧਰਨੇ 'ਤੇ ਆ ਗਈਆਂ ਤਾਂ ਉਦੋਂ ਬਾਅਦ
ਸ਼ਹਿਰ ਦੇ ਵਿੱਚ ਜੇਤੂ ਮਾਰਚ ਕਰਕੇ ਇਸ ਧਰਨੇ ਦੀ ਸਮਾਪਤੀ ਕੀਤੀ ਜਾਊਗੀ। ਉਹਨਾਂ ਸਮਾਂ ਇਹ ਸਾਰੀਆਂ ਵਿਦਿਆਰਥਣਾਂ ਇਹਨਾਂ ਦੇ ਮਾਪੇ ਰਾਤ ਨੂੰ ਅੱਜ ਵੀ ਧਰਨੇ 'ਤੇ ਬੈਠਣਗੀਆਂ। ਮੈਂ ਸਹਿਯੋਗ ਜਿਹਨਾਂ ਜਥੇਬੰਦੀਆਂ ਨੇ ਸਾਡਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਭਰਾਤਰੀ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਦਾ ਔਰ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸਾਡੇ ਮੋਰਚੇ ਦੀ ਸਪੋਰਟ ਕੀਤੀ ਹੈ।